ਜੋ ਪ੍ਰਾਣੀ ਵੀ ਰਾਜਾ ਸਾਹਿਬ ਜੀ ਨੂੰ ਸਵਾਸ ਸਵਾਸ ਧਿਆਉਂਦੇ ਨੇ, ਪਾਤਸ਼ਾਹ ਨੇ ਉਹਨਾਂ ਦੇ ਜੀਵਨ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਜਿਨ੍ਹਾਂ ਨੂੰ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ, ਉਹ ਸਦਾ ਵਾਸਤੇ ਰਾਜਾ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਪਾਤਸ਼ਾਹ ਦੇ ਨਾਮ ਦਾ ਨਸ਼ਾ ਹੀ ਐਸਾ ਹੈ, ਕਵੀ ਨੇ ਸੱਚ ਲਿਖਿਆ, ਟਿਕਿਆ ਸਮਾਂ ਹੈ ਹੁੰਦਾ ਤੀਜੇ ਪਹਿਰ ਰਾਤ ਦੇ, ਦੂਣਾ ਹੋ ਕੇ ਚੜ੍ਹਦਾ ਹੈ ਵੇਲੇ ਪ੍ਰਭਾਤ ਦੇ, ਖੁਸ਼ਬੂ ਬਖੇਰਦਾ ਹੈ ਫੁੱਲਾਂ ਦੀ ਕਿਆਰੀ ਜਿਹਾ, ਨਸ਼ਾ ਨਹੀਂ ਕੋਈ ਰਾਜਾ ਜੀ ਦੇ ਨਾਮ ਦੀ ਖੁਮਾਰੀ ਜਿਹਾ। ਫਿੱਕੇ ਪੈ ਜਾਣ ਸੁੱਖ ਇਸ ਸੰਸਾਰ ਦੇ, ਜੁੜ ਜਾਵੇ ਲਿਵ ਜਦੋਂ ਨਾਲ ਕਰਤਾਰ ਦੇ, ਜੱਪਿਆਂ ਬਗੈਰ ਹੁੰਦਾ ਦਰਦ ਕਟਾਰੀ ਜਿਹਾ, ਨਸ਼ਾ ਨਹੀਂ ਕੋਈ ਰਾਜਾ ਜੀ ਦੇ ਨਾਮ ਦੀ ਖੁਮਾਰੀ ਜਿਹਾ। ਤੂੰ ਵੀ ਬਲਿਹਾਰ ਕੁਝ ਸੋਚ ਤੇ ਵਿਚਾਰ ਵੇ, ਸਮਾਂ ਜਾਂਦਾ ਬੀਤਦਾ ਏ ਨਾਲ ਰਫਤਾਰ ਦੇ, ਮਿਲਦਾ ਨੀ ਮੌਕਾ ਵਾਰ ਵਾਰ ਇਸ ਵਾਰੀ ਜਿਹਾ, ਨਸ਼ਾ ਨਹੀਂ ਕੋਈ ਰਾਜਾ ਜੀ ਦੇ ਨਾਮ ਦੀ ਖੁਮਾਰੀ ਜਿਹਾ। ਜਿਹੜਾ ਜੁੜ ਗਿਆ ਉਹ ਆਪ ਤੇ ਤਰਿਆ, ਨਾਲ ਨਾਲ ਇੱਕੀ ਕੁਲਾਂ ਦਾ ਵੀ ਪਾਰ ਉਤਾਰਾ ਕਰਵਾ ਗਿਆ। ਜਿਨ੍ਹਾਂ ਜਿਨ੍ਹਾਂ ਨੇ ਰਾਜਾ ਸਾਹਿਬ ਨਾਲ ਜੁੜੇ ਹੋਏ ਸੱਤ ਸੰਗੀਆਂ ਦਾ ਸੰਗ ਕੀਤਾ, ਉਹ ਉਹਨਾਂ ਤੋਂ ਪਾਤਸ਼ਾਹ ਦੇ ਕੌਤਕ ਸਰਵਣ ਕਰਕੇ ਭਗਵਾਨ ਬਿਲਾਸ ਵਿੱਚ ਇਰਸ਼ਾਦ ਫੁਰਮਾਏ ਹੋਏ ਸਵਈਏ ਕਵਿਤਾ ਤੇ ਰਹਿਕਲੇ ਸੁਣ ਕੇ ਮਹਾਰਾਜ ਪ੍ਰਤੀ ਖਿੱਚਿਆ ਗਿਆ ਤੇ ਉਸ ਦੀ ਵੀ ਦਿਲੀ ਇੱਛਾ ਇਹੋ ਬਣੀ, ਹਉ ਮਸਕੀਨ ਹਾਂ ਦੀਨ ਅਤੀ ਕਰ ਬਖਸ਼ਣ ਹਾਰ ਤੂੰ ਸਾਹਿਬ ਮੇਰਾ, ਮੈਂ ਮਹਾਮੰਦ ਅਤਿ ਮਤ ਅੰਧ, ਨਾ ਜਾਣਿਆ ਹੈ ਗੁਣ ਸਤਗੁਰ ਤੇਰਾ, ਦੀਨ ਦਿਆਲ ਦਇਆ ਨਿਤ ਜੀਏ, ਭੂਲਣ ਹਾਰ ਹੈ ਮੂੜ ਕਨੇਰਾ, ਹਾਰ ਪੜਾ ਦਰ ਆਪ ਕੇ ਮਾਲਕ, ਦਾਸ ਭਗਵਾਨ ਨਿਦਾਨ ਏ ਚੇਰਾ। ਅਰਥਨ, ਮੈਂ ਗਰੀਬ ਨਿਮਾਣਾ ਤੇ ਨਿਤਾਣਾ ਹਾਂ, ਤੇਰੇ ਬਿਨਾਂ ਇਸ ਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਹਰ ਪਾਸਿਓਂ ਹਾਰ ਕੇ ਤੇਰੇ ਦਰ ਦਾ ਆਸਰਾ ਤੱਕਿਆ ਹੈ, ਕਿਰਪਾ ਕਰਕੇ ਬੇੜਾ ਬੰਨੇ ਲਾਓ, ਸ੍ਰੀ ਹਜ਼ੂਰ ਰਾਜਾ ਨਾਭ ਕਵਲ ਜੀ ਵਿੱਚ ਸੱਚੀ ਸ਼ਰਧਾ ਰੱਖਣ ਵਾਲੇ ਮਨੁੱਖ ਦੇ ਹਿਰਦੇ ਦੀ ਹੂਕ ਨੂੰ ਬਿਆਨ ਕਰਦਾ ਗੀਤ ਪੇਸ਼ ਕਰਨ ਜਾ ਰਹੇ ਹਾਂ। ਬੋਲ ਹਨ ਮੇਰੇ ਰਾਜਾ ਜੀ, ਚਰਨਾਂ 'ਚ ਜੋੜ ਲੈ ਗਰੀਬ ਨੂੰ। ਸਾਈਆਂ